ਜੋ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਈ ਹੈ ਕੈਟਰੀਨਾ ਕੈਫ ਤੇ ਵਿਜੇ ਸੇਤੂਪਤੀ ਦੀ ਮੂਵੀ, ਜ਼ਿਆਦਾ ਵਧੀਆ ਨਹੀਂ ਸੀ ਲੱਗੀ? ਨਹੀਂ, ਲੋਕਾਂ ਨੂੰ ਦੇਖ ਰਹੇ ਹਾਂ ਕਿ ਲੋਕਾਂ ਨੂੰ ਮੂਵੀ ਜ਼ਿਆਦਾ ਪਸੰਦ ਨਹੀਂ ਆਈ ਆ। ਕਈ ਆਡੀਅੰਸ ਦੇ ਵਿੱਚ ਮਤਲਬ ਕਈ ਪਬਲਿਕ ਆ ਜਿਹੜੀ ਆਈ ਸੀਗੀ ਉਹ ਪਹਿਲਾਂ ਹੀ ਸ਼ੋਅ ਆ ਜਿਹੜਾ ਕਿ ਛੱਡ ਕੇ ਚਲੀ ਗਈ। ਪਹਿਲੇ ਦਿਨ ਸਿਨੇਮਾ ਘਰਾਂ ਦੇ ਵਿੱਚ ਦੇਖਿਆ ਜਾਏ ਤਾਂ ਪਹਿਲਾ ਹੀ ਸ਼ੋਅ ਸੀਗਾ ਜਿਹੜਾ ਕਿ ਲੋਕਾਂ ਨੂੰ ਪਸੰਦ ਨਹੀਂ ਆਇਆ। ਹੈਲੋ, ਸਤਿ ਸ਼੍ਰੀ ਅਕਾਲ, ਮੈਂ ਸੁਖਪ੍ਰੀਤ ਕੌਰ, ਤੁਸੀਂ ਦੇਖ ਰਹੇ ਹੋ ਫਿਲਮ ਇਜ਼ ਐਕਸ਼ਨ। ਅੱਜ ਹੈ 12 ਜਨਵਰੀ ਅਤੇ ਅੱਜ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਹੈ ਕੈਟਰੀਨਾ ਕੈਫ ਅਤੇ ਵਿਜੇ ਸੇਤੂਪਤੀ ਦੀ ਮੂਵੀ ਮੈਰੀ ਕ੍ਰਿਸਮਿਟ। ਪਹਿਲਾ ਸ਼ੋਅ ਸੀਗਾ ਪਰ ਸ਼ੋਅ ਦੇ ਵਿੱਚ ਦੇਖਿਆ ਕਿ ਆਡੀਅੰਸ ਬਹੁਤ ਜ਼ਿਆਦਾ ਘੱਟ ਆਈ ਹੈ। ਕਈ ਆਡੀਅੰਸ ਦੇ ਵਿੱਚ ਮਤਲਬ ਕਈ ਪਬਲਿਕ ਆ ਜਿਹੜੀ ਆਈ ਸੀਗੀ ਉਹ ਪਹਿਲਾਂ ਹੀ ਸ਼ੋਅ ਆ ਜਿਹੜਾ ਕਿ ਛੱਡ ਕੇ ਚਲੀ ਗਈ। ਲੋਕਾਂ ਨੂੰ ਦੇਖ ਰਹੇ ਹਾਂ ਕਿ ਲੋਕਾਂ ਨੂੰ ਮੂਵੀ ਜ਼ਿਆਦਾ ਪਸੰਦ ਨਹੀਂ ਆਈ ਆ। ਮੈਰੀ ਕ੍ਰਿਸਮਿਸ ਮੂਵੀ ਆ ਜਿਹੜੀ ਕਿ ਡਾਇਰੈਕਟ ਕੀਤੀ ਗਈ ਸੀ ਸ਼੍ਰੀ ਰਾਮ ਰਾਘਵਨ ਵੱਲੋਂ। ਉਹਨਾਂ ਦੀ ਮੂਵੀਜ਼ ਹੁੰਦੀਆਂ ਜਿਹੜੀਆਂ ਕਿ ਪਹਿਲਾਂ ਵੀ ਜਿਹੜੀਆਂ ਥ੍ਰਿਲਰ ਮੂਵੀਜ਼ ਹੁੰਦੀਆਂ, ਸਸਪੈਂਸ ਵਾਲੀਆਂ ਮੂਵੀਜ਼ ਹੁੰਦੀਆਂ, ਪਰ ਲੋਕਾਂ ਨੂੰ ਦੇਖਿਆ ਜਾਵੇ ਕਿਤੇ ਮੈਰੀ ਕ੍ਰਿਸਮਸ ਆ ਜਿਹੜੀ ਕਿ ਮੂਵੀ ਜ਼ਿਆਦਾ ਪਸੰਦ ਨਹੀਂ ਆਈ। ਇਹ ਦੋ ਭਾਸ਼ਾਵਾਂ ਦੇ ਵਿੱਚ ਰਿਲੀਜ਼ ਹੋਈ ਸੀ, ਤਾਮਿਲ ਦੇ ਵਿੱਚ ਤੇ ਹਿੰਦੀ ਦੇ ਵਿੱਚ, ਦੋ ਭਾਸ਼ਾਵਾਂ ਦੇ ਵਿੱਚ ਰਿਲੀਜ਼ ਹੋਈ ਸੀ। ਪਰ ਪਹਿਲੇ ਦਿਨ ਸਿਨੇਮਾ ਘਰਾਂ ਦੇ ਵਿੱਚ ਦੇਖਿਆ ਜਾਏ ਤਾਂ ਪਹਿਲਾ ਹੀ ਸ਼ੋਅ ਸੀਗਾ ਜਿਹੜਾ ਕਿ ਲੋਕਾਂ ਨੂੰ ਪਸੰਦ ਨਹੀਂ ਆਇਆ। ਆਡੀਅੰਸ ਨੇ ਕੋਈ ਰਿਪਲਾਈ ਨਹੀਂ ਦਿੱਤਾ ਅਤੇ ਆਡੀਅੰਸ ਨੇ ਕਿਹਾ ਕਿ ਮੂਵੀ ਸਾਨੂੰ ਕੋਈ ਜ਼ਿਆਦਾ ਵਧੀਆ ਨਹੀਂ ਲੱਗੀ। ਇਹ ਸੀਗਾ ਪਹਿਲੇ ਦਿਨ ਦਾ ਰਿਵਿਊ। ਲੋਕ ਸ਼ੋਅ ਵੇਖਣ ਹੀ ਨਹੀਂ ਆਏ। ਨੋਟ ਸੋ ਗੁੱਡ, ਨੋਟ ਸੋ ਬੈਡ। ਅੱਛਾ, ਜ਼ਿਆਦਾ ਵਧੀਆ ਨਹੀਂ ਸੀ ਲੱਗੀ? ਨਹੀਂ, 50-50। ਕੈਟਰੀਨਾ ਕੈਫ ਦੀ ਐਕਟਿੰਗ ਠੀਕ ਸੀ? ਇਹ ਸੀ ਪਹਿਲੇ ਦਿਨ ਦਾ ਰਿਵਿਊ ਕਿ ਲੋਕ ਆ ਜਿਹੜੇ ਕਿ ਸਿਨੇਮਾ ਘਰਾਂ ਦੇ ਵਿੱਚ ਮੂਵੀ ਨੂੰ ਦੇਖਣ ਹੀ ਨਹੀਂ ਆਏ। ਮੈਰੀ ਕ੍ਰਿਸਮਿਸ ਜ਼ਿਆਦਾ ਦੇਖਦੇ ਹਾਂ ਕਿ ਅਗਲੇ ਦਿਨਾਂ ਦੇ ਵਿੱਚ ਕਿੰਨਾ ਕੁ ਜ਼ਿਆਦਾ ਬਾਕਸ ਆਫਿਸ 'ਤੇ ਕਮਾਲ ਕਰਦੀ ਹੈ। ਪਹਿਲੇ ਦਿਨ ਤਾਂ ਮੂਵੀ ਬਹੁਤ ਹੀ ਠੰਡੀ ਰਹੀ, ਆਡੀਅੰਸ ਵੀ ਪੂਰੀ ਤਰ੍ਹਾਂ ਜਿਹੜੀ ਕਿ ਮੂਵੀ ਦੇਖਣ ਨਹੀਂ ਆਈ। ਕੈਮਰਾਮੈਨ ਸੁਨੀਲ ਦੇ ਨਾਲ ਮੈਂ ਸੁਖਪ੍ਰੀਤ ਕੌਰ। ਅੱਜ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਹੈ ਕੈਟਰੀਨਾ ਕੈਫ ਅਤੇ ਵਿਜੇ ਸੇਤੂਪਤੀ ਦੀ ਮੂਵੀ, ਜ਼ਿਆਦਾ ਵਧੀਆ ਨਹੀਂ ਸੀ ਲੱਗੀ? ਨਹੀਂ, ਲੋਕਾਂ ਨੂੰ ਦੇਖ ਰਹੇ ਹਾਂ ਕਿ ਲੋਕਾਂ ਨੂੰ ਮੂਵੀ ਜ਼ਿਆਦਾ ਪਸੰਦ ਨਹੀਂ ਆਈ ਆ। ਕਈ ਆਡੀਅੰਸ ਦੇ ਵਿੱਚ ਮਤਲਬ ਕਈ ਪਬਲਿਕ ਆ ਜਿਹੜੀ ਆਈ ਸੀਗੀ ਉਹ ਪਹਿਲਾਂ ਹੀ ਸ਼ੋਅ ਆ ਜਿਹੜਾ ਕਿ ਛੱਡ ਕੇ ਚਲੀ ਗਈ। ਪਹਿਲੇ ਦਿਨ ਸਿਨੇਮਾ ਘਰਾਂ ਦੇ ਵਿੱਚ ਦੇਖਿਆ ਜਾਏ ਤਾਂ ਪਹਿਲਾ ਹੀ ਸ਼ੋਅ ਸੀਗਾ ਜਿਹੜਾ ਕਿ ਲੋਕਾਂ ਨੂੰ ਪਸੰਦ ਨਹੀਂ ਆਇਆ। ਹੈਲੋ, ਸਤਿ ਸ਼੍ਰੀ ਅਕਾਲ, ਮੈਂ ਸੁਖਪ੍ਰੀਤ ਕੌਰ, ਤੁਸੀਂ ਦੇਖ ਰਹੇ ਹੋ ਫਿਲਮ ਇਜ਼ ਐਕਸ਼ਨ। ਅੱਜ ਹੈ 12 ਜਨਵਰੀ ਅਤੇ ਅੱਜ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਹੈ ਕੈਟਰੀਨਾ ਕੈਫ ਅਤੇ ਵਿਜੇ ਸੇਤੂਪਤੀ ਦੀ ਮੂਵੀ ਮੈਰੀ ਕ੍ਰਿਸਮਿਟ। ਪਹਿਲਾ ਸ਼ੋਅ ਸੀਗਾ ਪਰ ਸ਼ੋਅ ਦੇ ਵਿੱਚ ਦੇਖਿਆ ਕਿ ਆਡੀਅੰਸ ਬਹੁਤ ਜ਼ਿਆਦਾ ਘੱਟ ਆਈ ਹੈ। ਕਈ ਆਡੀਅੰਸ ਦੇ ਵਿੱਚ ਮਤਲਬ ਕਈ ਪਬਲਿਕ ਆ ਜਿਹੜੀ ਆਈ ਸੀਗੀ ਉਹ ਪਹਿਲਾਂ ਹੀ ਸ਼ੋਅ ਆ ਜਿਹੜਾ ਕਿ ਛੱਡ ਕੇ ਚਲੀ ਗਈ। ਲੋਕਾਂ ਨੂੰ ਦੇਖ ਰਹੇ ਹਾਂ ਕਿ ਲੋਕਾਂ ਨੂੰ ਮੂਵੀ ਜ਼ਿਆਦਾ ਪਸੰਦ ਨਹੀਂ ਆਈ ਆ। ਮੈਰੀ ਕ੍ਰਿਸਮਿਸ ਮੂਵੀ ਆ ਜਿਹੜੀ ਕਿ ਡਾਇਰੈਕਟ ਕੀਤੀ ਗਈ ਸੀ ਸ਼੍ਰੀ ਰਾਮ ਰਾਘਵਨ ਵੱਲੋਂ। ਉਹਨਾਂ ਦੀ ਮੂਵੀਜ਼ ਹੁੰਦੀਆਂ ਜਿਹੜੀਆਂ ਕਿ ਪਹਿਲਾਂ ਵੀ ਜਿਹੜੀਆਂ ਥ੍ਰਿਲਰ ਮੂਵੀਜ਼ ਹੁੰਦੀਆਂ, ਸਸਪੈਂਸ ਵਾਲੀਆਂ ਮੂਵੀਜ਼ ਹੁੰਦੀਆਂ, ਪਰ ਲੋਕਾਂ ਨੂੰ ਦੇਖਿਆ ਜਾਵੇ ਕਿਤੇ ਮੈਰੀ ਕ੍ਰਿਸਮਸ ਆ ਜਿਹੜੀ ਕਿ ਮੂਵੀ ਜ਼ਿਆਦਾ ਪਸੰਦ ਨਹੀਂ ਆਈ। ਇਹ ਦੋ ਭਾਸ਼ਾਵਾਂ ਦੇ ਵਿੱਚ ਰਿਲੀਜ਼ ਹੋਈ ਸੀ, ਤਾਮਿਲ ਦੇ ਵਿੱਚ ਤੇ ਹਿੰਦੀ ਦੇ ਵਿੱਚ, ਦੋ ਭਾਸ਼ਾਵਾਂ ਦੇ ਵਿੱਚ ਰਿਲੀਜ਼ ਹੋਈ ਸੀ। ਪਰ ਪਹਿਲੇ ਦਿਨ ਸਿਨੇਮਾ ਘਰਾਂ ਦੇ ਵਿੱਚ ਦੇਖਿਆ ਜਾਏ ਤਾਂ ਪਹਿਲਾ ਹੀ ਸ਼ੋਅ ਸੀਗਾ ਜਿਹੜਾ ਕਿ ਲੋਕਾਂ ਨੂੰ ਪਸੰਦ ਨਹੀਂ ਆਇਆ। ਆਡੀਅੰਸ ਨੇ ਕੋਈ ਰਿਪਲਾਈ ਨਹੀਂ ਦਿੱਤਾ ਅਤੇ ਆਡੀਅੰਸ ਨੇ ਕਿਹਾ ਕਿ ਮੂਵੀ ਸਾਨੂੰ ਕੋਈ ਜ਼ਿਆਦਾ ਵਧੀਆ ਨਹੀਂ ਲੱਗੀ। ਇਹ ਸੀਗਾ ਪਹਿਲੇ ਦਿਨ ਦਾ ਰਿਵਿਊ। ਲੋਕ ਸ਼ੋਅ ਵੇਖਣ ਹੀ ਨਹੀਂ ਆਏ। ਨੋਟ ਸੋ ਗੁੱਡ, ਨੋਟ ਸੋ ਬੈਡ। ਅੱਛਾ, ਜ਼ਿਆਦਾ ਵਧੀਆ ਨਹੀਂ ਸੀ ਲੱਗੀ? ਨਹੀਂ, 50-50। ਕੈਟਰੀਨਾ ਕੈਫ ਦੀ ਐਕਟਿੰਗ ਠੀਕ ਸੀ? ਇਹ ਸੀ ਪਹਿਲੇ ਦਿਨ ਦਾ ਰਿਵਿਊ ਕਿ ਲੋਕ ਆ ਜਿਹੜੇ ਕਿ ਸਿਨੇਮਾ ਘਰਾਂ ਦੇ ਵਿੱਚ ਮੂਵੀ ਨੂੰ ਦੇਖਣ ਹੀ ਨਹੀਂ ਆਏ। ਮੈਰੀ ਕ੍ਰਿਸਮਿਸ ਜ਼ਿਆਦਾ
ਦੇਖਦੇ ਹਾਂ ਕਿ ਅਗਲੇ ਦਿਨਾਂ ਦੇ ਵਿੱਚ ਕਿੰਨਾ ਕੁ ਜ਼ਿਆਦਾ ਬਾਕਸ ਆਫਿਸ 'ਤੇ ਕਮਾਲ ਕਰਦੀ ਹੈ। ਪਹਿਲੇ ਦਿਨ ਤਾਂ ਮੂਵੀ ਬਹੁਤ ਹੀ ਠੰਡੀ ਰਹੀ, ਆਡੀਅੰਸ ਵੀ ਪੂਰੀ ਤਰ੍ਹਾਂ ਜਿਹੜੀ ਕਿ ਮੂਵੀ ਦੇਖਣ ਨਹੀਂ ਆਈ। ਕੈਮਰਾਮੈਨ ਸੁਨੀਲ ਦੇ ਨਾਲ ਮੈਂ ਸੁਖਪ੍ਰੀਤ ਕੌਰ।